ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਹਰਿਆਣਾ ਦੇ ਜਾਟ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ। ਦੂਜੇ ਪੜਾਅ ਦੀ ਚਰਚਾ 'ਚ ਸ਼ਾਮਿਲ ਹੋਣ ਲਈ ਸ਼ਾਮ ਲਾਲ ਬਾਂਸਲ ਜੀ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਇਸੇ ਤਰੀਕੇ ਰਾਮ ਸਿੰਘ ਬਰਾੜ ਜੀ, ਅਨੇਲੋ ਦੇ ਮੀਡੀਆ ਐਡਵਾਈਜ਼ਰ ਪ੍ਰੋਫੈਸਰ ਮਨਜੀਤ ਸਿੰਘ, ਸਵਰਾਜ ਅਭਿਆਨ ਦੇ ਆਗੂ। ਮੈਂ ਤਿੰਨੇ ਮਹਿਮਾਨਾਂ ਨੂੰ ਦੂਜੇ ਪੜਾਅ ਦੀ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੁੜ ਜੀ ਐਂ ਆਖਦਾ। ਔਰ ਜਿਹੜੇ ਕਈ ਅਹਿਮ ਸਵਾਲ ਇਹਨਾਂ ਮੁੱਦਿਆਂ ਨਾਲ ਜੁੜੇ ਅਸੀਂ ਪਹਿਲੇ ਪੜਾਅ 'ਚ ਨਹੀਂ ਲੈ ਸਕੇ, ਦੂਜੇ ਪੜਾਅ ਦੀ ਚਰਚਾ 'ਚ ਉਹਨਾਂ ਮੁੱਦਿਆਂ 'ਤੇ ਗੱਲ ਕਰਾਂਗੇ। ਬਾਂਸਲ ਜੀ, ਜਦੋਂ ਖਾਸ ਤੌਰ 'ਤੇ ਇਸ਼ੂ ਆਉਂਦਾ ਹੈ ਔਰ ਜਿੱਦਾਂ ਅਨਿਲੋ ਨੇ ਇਹ ਮੰਗ ਕੀਤੀ ਹੈ ਕਿ ਵੀ ਖੱਟਰ ਸਰਕਾਰ ਇਹਨਾਂ ਮੁੱਦਿਆਂ 'ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਆ ਔਰ ਉਸ ਨੂੰ ਅਸਤੀਫਾ ਦੇਣਾ ਚਾਹੀਦਾ। ਖੱਟਰ ਸਰਕਾਰ ਤਾਂ ਫੇਲ ਦੀ ਤਾਂ ਬਾਤ ਕਰੋ, ਜੇ ਖੱਟਰ ਸਰਕਾਰ ਨੇ 24 ਘੰਟੇ ਉਸ ਚੀਜ਼ ਨੂੰ ਵਾਚ ਨਾ ਕਰਿਆ ਹੋਇਆ, ਉਸ 'ਤੇ ਪੂਰਾ ਕੰਮ ਨਾ ਕਰਿਆ ਹੋਇਆ, ਲੇਕਿਨ ਜਿਸ ਤਰੀਕੇ ਦੇ ਆਫਿਸਰ ਹੈ ਉਹਨਾਂ ਨੇ ਜੋ ਕੁਤਾਹੀ ਵਰਤੀ ਉਹਦੇ ਉੱਤੇ ਕਾਰਵਾਈ ਹੋ ਰਹੀ ਹੈ ਜੀ। ਔਰ ਉਸ ਦੇ ਉੱਤੇ ਖੱਟਰ ਸਰਕਾਰ ਨੇ ਪਹਿਲਾਂ ਤੋਂ ਹੀ ਬਾਤਚੀਤ ਕਰਨੀ ਇਹਨਾਂ 'ਤੇ ਅੰਦੋਲਨਕਾਰੀ ਜੋ ਇਹਨਾਂ ਦੇ ਲੀਡਰ 'ਤੇ ਉਹ ਬਾਤ ਰੱਖੀ, ਬਾਤ ਕਰੀ ਔਰ ਬਾਤ ਕਰਕੇ ਉਹਦਾ ਰਸਤਾ ਨਿਕਲ ਗਿਆ, ਲੇਕਿਨ ਉਹ ਦੂਸਰਾ ਗਰੁੱਪ ਹਾਵੀ ਹੋ ਗਿਆ ਜਿਸ ਕਰਕੇ ਉਹਨਾਂ ਨੇ ਭੜਕਾਊ ਕੰਮ ਕਰਿਆ। ਉਹਦੇ ਪਿੱਛੇ ਜੋ ਲੋਕ ਤੇ ਉਹ ਲੋਕ ਤੇ ਜੋ ਪਿਛਲੀ ਸਰਕਾਰ ਦੇ ਤੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਭੜਕਾ ਕੇ ਅੰਦੋਲਨ ਨੂੰ ਜਿਸ ਤਰੀਕੇ ਦੇ ਉਹਦੇ ਅੰਦਰ ਗਲਤ ਲੋਕਾਂ ਨੂੰ ਵਾੜਿਆ, ਉਹਨਾਂ ਲੁੱਟ ਖਸੁੱਟ ਕੀਤੀ ਹੈ, ਉਹਨਾਂ ਦੇ ਉੱਤੇ ਕਾਰਵਾਈ ਹੋ ਰਹੀ, ਉਹ ਲੋਕ ਪਹਿਚਾਣੇ ਗਏ ਹੈ। ਅਗਰ ਸਰਕਾਰ ਦੀ ਕਾਬੂ ਕਰਨਾ, ਸਰਕਾਰ ਨੇ ਪਹਿਲੇ ਵਾਚ ਕਰਿਆ ਵੀ ਅੰਦੋਲਨ ਉਹਨਾਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰੇ, ਕੋਈ ਵੀ ਸਰਕਾਰ ਹੋ ਜਾਂਦੀ ਗੋਲੀ ਨਹੀਂ ਮਾਰਦੀ ਹੈ, ਪਹਿਲੇ ਉਹਨੂੰ ਸਮਝਾਏਗੀ, ਬਾਤ ਕਰੇਗੀ, ਉਸ ਤੋਂ ਬਾਅਦ ਅਗਰ ਬਾਤ ਹੋ ਗਈ ਹੈ ਫਿਰ ਉਹ ਕਹਿੰਦੇ ਠੀਕ ਹੈ, ਲੇਕਿਨ ਉਸ ਤੋਂ ਬਾਅਦ ਉਹ ਬਾਅਦ ਵਿੱਚ ਹੋਰ ਜਾ ਕੇ ਉਹ ਕਰੇ, ਉਸ ਤੋਂ ਬਾਅਦ ਪੁਲਿਸ ਨੇ ਆਰਡਰ ਦੇ, ਲੇਕਿਨ ਪੁਲਿਸ ਦੇ ਕੁਛ ਐਸੇ ਆਫਿਸਰ ਜੋ ਉਹਨਾਂ ਨਾਲ ਮਿਲੇ ਹੋਏ ਤੇ ਔਰ ਉਹਨਾਂ ਕਰਕੇ ਜੋ ਹੋਈ ਹੈ ਉਹਨਾਂ ਉੱਤੇ ਕਾਰਵਾਈ ਹੋ ਰਹੀ ਹੈ, ਉਹਨਾਂ ਲੋਕਾਂ ਨੂੰ ਸਸਪੈਂਡ ਕਰਿਆ ਜਾਏਗਾ। ਉਹ ਅੱਜ ਦੀ ਤੁਸੀਂ ਸਟੇਟਮੈਂਟ ਦੇਖੋ, ਕੱਲ੍ਹ ਰੋਹਤਕ ਦੇ ਅੰਦਰ ਵੀ ਉਹਨਾਂ ਨੇ ਕਿਹਾ ਜੋ ਲੋਕ ਥੇ ਉਹਨਾਂ ਦੇ ਵਿੱਚੋਂ ਕੋਈ ਕਿਸੇ ਦਾ ਉਹਨਾਂ 'ਤੇ ਕੋਈ ਮੁਆਵਜ਼ਾ ਨਹੀਂ, ਜੋ ਲੇਕਿਨ ਬੇਕਸੂਰ ਮਾਰੇਗਾ ਉਹਨੂੰ ਮੁਆਵਜ਼ਾ ਔਰ ਨੌਕਰੀ ਸਾਰੀ ਚੀਜ਼ ਮਿਲੇਗੀ। ਜਦੋਂ ਲੋਕ ਇਸ ਮੁਸੀਬਤ ਦਾ ਸਾਹਮਣਾ ਕਰ ਰਹੇ ਸੀਗੇ ਉੱਥੇ, ਭਾਵੇਂ ਉਹ ਘਰਾਂ 'ਚ ਬੈਠੇ ਲੋਕ ਸੀ, ਭਾਵੇਂ ਵਪਾਰੀ ਸੀ, ਭਾਵੇਂ ਇਹ ਜਿਹੜੀਆਂ ਏਜੰਸੀਆਂ ਅੱਜ ਤਰ੍ਹਾਂ ਕੋਈ ਮੋਟਰਸਾਈਕਲ ਦੀ ਏਜੰਸੀ ਸੀ, ਕੋਈ ਜਾਂ ਕਾਰਾਂ ਦੀ ਏਜੰਸੀ ਸੀ, ਜਿੱਥੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਲੋਕ ਸਾਨੂੰ ਮਾਰਨ ਆ ਰਹੇ, ਸਾਡੀ ਕਾਰਾਂ ਨੂੰ ਸਾੜਨ ਆ ਰਹੇ ਆ, ਤਾਂ ਉਹਨਾਂ ਨੇ ਜਦੋਂ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਨੇ ਇਹ ਕਿਹਾ ਤੁਸੀਂ ਭੱਜ ਜਾਓ, ਅਸੀਂ ਕੁਛ ਨਹੀਂ ਕਰ ਸਕਦੇ। ਭਈ ਇਹ ਕਾਹਦੇ ਲਈ ਇਹਨਾਂ ਨੂੰ ਤਨਖਾਹਾਂ ਅਤੇ ਵਰਦੀਆਂ ਦਿੰਦੇ ਹੋ ਤੁਸੀਂ? ਫਿਰ ਜਦੋਂ ਤਾਂ ਉਹਨਾਂ ਦੀ ਲੋੜ ਪਈ, ਉਹਨਾਂ ਨੇ ਬਿਲਕੁਲ ਹੱਥ ਖੜੇ ਕਰਤੇ, ਕਹਿੰਦੇ ਤੁਸੀਂ ਆਪਣੀ ਜਾਨ ਬਚਾ ਕੇ ਭੱਜ ਜਾਓ, ਅਸੀਂ ਕੁਛ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਹੈ ਕਿ ਉਹ ਸਾਰੇ ਪੁਲਿਸ ਬੰਦੇ ਜਿਹੜੇ ਫੋਲੋਇਨ ਕਰਨੇ ਚਾਹੀਦੇ ਆ, ਕਿ ਜੇ ਤੁਸੀਂ ਲਾਅ ਐਂਡ ਆਰਡਰ ਜਿਹੜੇ ਤੁਹਾਡੀ ਪ੍ਰਾਈਮ ਡਿਊਟੀ ਆ ਤੁਸੀਂ ਉਹੀ ਨਹੀਂ ਕਰ ਸਕਦੇ। ਔਰ ਦੂਸਰਾ ਮੇਰਾ ਖਿਆਲ ਹੈ ਕਿ ਜਿਹੜਾ ਹੋਮ ਮਿਨਿਸਟਰ ਆ ਉਹਨੂੰ ਘੱਟੋ ਘੱਟ ਇਹ ਆਫਰ ਕਰਨਾ ਚਾਹੀਦਾ ਕਿ ਮੈਂ ਰਿਜ਼ਾਈਨ ਕਰਦਾ, ਮੇਰੇ ਤੋਂ ਇਹ ਖੁਆਮੀ ਜਿਹੜੀ ਆ ਭਾਵੇਂ ਸਰਕਾਰ ਦਾ ਜੇ ਨਹੀਂ ਵੀ, ਤਾਂ ਘੱਟੋ ਘੱਟ ਉਹਨੇ ਲਾਅ ਐਂਡ ਆਰਡਰ ਨਹੀਂ ਮੇਨਟੇਨ ਕਰ ਸਕਿਆ, ਉਹਦੀ ਮੋਰਲ ਡਿਊਟੀ ਬਣਦੀ ਹੈ ਕਿ ਰੈਜ਼ਿਗਨੇਸ਼ਨ ਪੇਸ਼ ਕਰੇ, ਇਸ ਨੂੰ ਹਰ ਗੱਲ ਨੂੰ ਜਸਟੀਫਾਈ ਕਰਨਾ। ਮੈਂ ਉਹੀ ਬਾਤ ਤਾਂ ਕਹਿ ਰਿਹਾ ਵੀ ਉਹਨਾਂ ਦਾ ਕਹਿਣਾ ਕਿ ਜੋ ਜ਼ਿੰਮੇਵਾਰੀ ਬਣਦੀ ਹੈ ਤਾਂ ਹੁਣ ਡੀਲ ਕਰਦਾ ਹੈ। ਆਪਾਂ ਪੁਲਿਸ ਦੀ ਗੱਲ ਕਰਦੇ ਹਾਂ, ਇਸਤੀਫਾ ਕਿਉਂ ਉਹਨਾਂ ਦੇ ਵੀ? ਸਰਕਾਰ ਨੇ ਉੱਥੇ ਦੇ ਐਸਪੀ ਨੇ ਆਰਡਰ ਕਰਤੇ, ਡੀਸੀ ਨੇ ਆਰਡਰ ਕਰਤੇ ਵੀ ਇਹਨਾਂ ਨੂੰ ਰੋਕੋ ਔਰ ਰੋਕ ਕੇ ਇਹ ਕਿਸੇ ਦਾ ਨੁਕਸਾਨ ਨਾ ਹੋਵੇ, ਲੇਕਿਨ ਜਦ ਉਹ ਨਹੀਂ ਰੁਕੇ ਤਾਂ ਉਸ ਤੋਂ ਬਾਅਦ ਫਿਰ ਆਰਮੀ ਬੁਲਾਈ ਗਈ ਜੀ। ਜਦ ਹਾਲਾਤ ਦੇਖੇ ਵੀ ਇਹਨਾਂ ਦੇ ਇਹਨਾਂ ਨੇ ਸਾਡਾ ਸ਼ਾਸਨ ਦੇ ਉਹਨਾਂ ਦਾ ਦੇ ਰਹੇ ਹੈ ਤਾਂ ਹੀ ਆਰਮੀ ਬੁਲਾਈ ਹੈ। ਪਰ ਬਾਂਸਲ ਜੀ ਕਹਿੰਦੇ ਜੇ ਅਸੀਂ ਆਪ ਹੀ ਇਹ ਗੱਲ ਕਹਿੰਦੇ ਹਾਂ ਕਿ ਸਾਡਾ ਪੁਲਿਸ ਕਹਿਣਾ ਨਹੀਂ ਮੰਨਦੀ, ਪ੍ਰਸ਼ਾਸਨ ਜਿਹਦਾ ਕਹਿਣਾ ਹੈਗਾ ਇਹ ਅੰਦੋਲਨ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ, ਅੰਦੋਲਨ ਜੋ ਵਿਸ਼ੇਸ਼ ਜਾਤੀ ਦਾ
ਜਿਹੜਾ ਉਹਨਾਂ ਲੋਕਾਂ ਨੇ ਉਹਨਾਂ ਦੀ ਕਰੀ ਜੀ ਜੀ ਨਾ ਕਿ ਵੈਸੇ ਹੋਈ ਹੈ ਓਕੇ ਉਸਦਾ ਉਹਨਾਂ ਨੇ ਕਿਹਾ ਵੀ ਸਾਡੇ ਪਿੱਛੇ ਉਹਨਾਂ ਕਿਆ ਸੋਚਿਆ ਓਕੇ ਉਹਦਾ ਸਾਡੇ ਤੇ ਹੈ ਕਿ ਜਾਤੀਵਾਦ ਹੁਣ ਜੇ ਆਰਮੀ ਤੇ ਪੁਲਿਸ ਤੱਕ ਫੈਲ ਗਿਆ ਆ ਤੇ ਉਹ ਕੁਝ ਕਰਨਾ ਨਹੀਂ ਚਾਹੁੰਦੇ ਇਹ ਤਾਂ ਬਹੁਤ ਸੀਰੀਅਸ ਗੱਲ ਹੈ ਇਹਦਾ ਆਰਮੀ ਨੇ ਆ ਕੇ ਉਹਨਾਂ ਨੂੰ ਕੰਟਰੋਲ ਕਰਿਆ ਫਿਰ ਦੇਖੋ ਕਿੰਨੇ ਦੇਰ ਲੱਗੀ ਜੀ ਜੀ ਬਰਾੜ ਜੀ ਬਰਾੜ ਜੀ ਕਹਿਣਾ ਚਾਹੁੰਦਾ ਤੁਸੀਂ ਇਸ ਤਰ੍ਹਾਂ ਹੈ ਕਿ ਜਿਵੇਂ ਹੁਣੇ ਪ੍ਰੋਫੈਸਰ ਸਾਹਿਬ ਨੇ ਕਿਹਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਇਹ ਪੂਰੀ ਮੁੱਢਲੀ ਜ਼ਿੰਮੇਵਾਰੀ ਸਰਕਾਰ ਦੀ ਹੈ ਲੋਕ ਸਰਕਾਰ ਤੋਂ ਉਮੀਦ ਕਰਦੇ ਆ ਕਿ ਸਾਡੇ ਨਾਲ ਕੋਈ ਵਾਪਰਦਾ ਹੈ ਤਾਂ ਉਹਦੀ ਸਾਡੀ ਜਾਨ ਮਾਲ ਦੀ ਰੱਖਿਆ ਸਰਕਾਰ ਕਰੇਗੀ ਹਰਿਆਣੇ 'ਚ ਇੰਨੇ ਦਿਨ ਤੱਕ ਲਗਾਤਾਰ ਨੰਗਾ ਨਾਚ ਹੁੰਦਾ ਰਿਹਾ ਔਰ ਅਗਰ ਅੱਜ ਜਿਹੜਾ ਕਹਿ ਰਹੇ ਨੇ ਬੰਸਲ ਸਾਹਿਬ ਕਿ ਸਾਡੇ ਪੁਲਿਸ ਵਾਲਿਆਂ ਨੇ ਆਖੇ ਨਹੀਂ ਲੱਗੇ ਸਾਡੇ DCSP ਨੇ ਆਖੇ ਨਹੀਂ ਲੱਗਿਆ ਸੀ ਕਹਿਤਾ ਇਸ ਤੋਂ ਜ਼ਿਆਦਾ ਤਾਂ ਕੋਈ ਫੇਲਿਅਰ ਨਹੀਂ ਹੋ ਸਕਦਾ ਅਗਰ ਤੁਹਾਡੇ ਕੰਟਰੋਲ 'ਚ ਤੁਹਾਡੇ ਅਫਸਰ ਨਹੀਂ ਹੈ ਅਗਰ ਤੁਹਾਡੇ ਕੰਟਰੋਲ 'ਚ ਤੁਹਾਡੀ ਸਰਕਾਰੀ ਮਸ਼ੀਨਰੀ ਨਹੀਂ ਹੈ ਤਾਂ ਤੁਸੀਂ ਸਰਕਾਰ ਕਿਵੇਂ ਚਲਾ ਸਕਦੇ ਹੋ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਵੀ ਜਿਹੜਾ ਹੋਮ ਮਿਨਿਸਟਰ ਹੈ ਜੋ ਵੀ ਹੋਮ ਮਿਨਿਸਟਰ ਹੈ ਹਰਿਆਣੇ ਦਾ ਅੱਜ ਉਹਨੂੰ ਅਸਤੀਫਾ ਦੇਣਾ ਚਾਹੀਦਾ ਹੋਮ ਮਿਨਿਸਟਰੀ ਦਾ ਜਿਹੜਾ ਚਾਰਜ ਹੈ ਉਹ ਖੁਦ ਚੀਫ ਮਿਨਿਸਟਰ ਦੇ ਕੋਲ ਹੈ ਔਰ ਜਦੋਂ ਚੀਫ ਮਿਨਿਸਟਰ ਕੋਲ ਹੋਮ ਮਿਨਿਸਟਰੀ ਦਾ ਚਾਰਜ ਹੈ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਜਾਂ ਤਾਂ ਖੁਦ ਨੈਤਿਕਤਾ ਦੇ ਆਧਾਰ 'ਤੇ ਆਪਣੇ ਪਦ ਤੋਂ ਅਸਤੀਫਾ ਦੇਣਾ ਚਾਹੀਦਾ ਹੈਗਾ ਕਿਉਂਕਿ ਲੋਕ ਇੰਨੀ ਵੱਡੀ ਤਾਦਾਦ 'ਚ ਮਰ ਗਏ ਨੇ ਉਹਨਾਂ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦੀ ਤੁਰੰਤ ਭਰਪਾਈ ਹੋਣੀ ਚਾਹੀਦੀ ਹੈ ਜ਼ਖਮਾਂ 'ਤੇ ਮਰਹਮ ਲਾਉਣੀ ਚਾਹੀਦੀ ਹੈ ਔਰ ਸਾਨੂੰ ਜਿਹੜਾ ਸਰਕਾਰ ਦੀ ਫੇਲੀਅਰ ਹੈ ਇਸ 'ਚ ਕੋਈ ਦੋ ਰਾਏ ਨਹੀਂ ਕਿ ਸਰਕਾਰ ਸਰਕਾਰੀ ਪੁਲਿਸ ਔਰ ਪ੍ਰਸ਼ਾਸਨ ਔਰ ਇਹਨਾਂ ਦੀ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਓਕੇ ਓਕੇ ਬਰਾੜ ਜੀ ਬਾਂਸਲ ਸਾਹਿਬ ਸਰਕਾਰ ਨੇ ਪੂਰੀ ਕੋਸ਼ਿਸ਼ ਕਰੀ ਹੈ ਸ਼ਾਂਤੀ ਦੇ ਨਾਲ ਲੋਕ ਜੋ ਹੈ ਰੁਕੇ ਲੇਕਿਨ ਉਹਨਾਂ ਵਿੱਚ ਜੋ ਗੰਦਾ ਤਬਕਾ ਵਿੱਚ ਆ ਗਿਆ ਜਿਨ੍ਹਾਂ ਨੇ ਇੱਕ ਲੁੱਟਣ ਦਾ ਇੱਕ ਧੇ ਬਣਾ ਰੱਖਿਆ ਤਾ ਲੁੱਟਣ ਦੇ ਵਾਸਤੇ ਆਏ ਜਿਨ੍ਹਾਂ ਨੇ ਲੋਕਾਂ ਦੀ ਏਜੰਸੀਆਂ ਫੂਕੇ ਲੋਕਾਂ ਦੇ ਸ਼ੋਰੂਮ ਫੂਕੇ ਦੁਕਾਨਾਂ ਫੂਕੀ ਉਹ ਲੋਕਾਂ ਦਾ ਬੰਨ ਹੀ ਇਹ ਤਾਂ ਵੀ ਅਸੀਂ ਲੁੱਟ ਸੁੱਟ ਕਰ ਰਹੇ ਨਾ ਕਿ ਉਹਨਾਂ ਦਾ ਅੰਦੋਲਨ ਨਾਲ ਕੋਈ ਮਤਲਬ ਤਾ ਜਾਟ ਅੰਦੋਲਨ ਵਾਸਤੇ ਕੋਈ ਨਹੀਂ ਤਾਂ ਉਹਨਾਂ ਵਿੱਚ ਸਰਕਾਰ ਨੇ ਜਿਸ ਤਰੀਕੇ ਦੇ ਉਸੀ ਟਾਈਮ ਐਕਸ਼ਨ ਲੇਕਿਨ ਕੁਛ ਆਫਿਸਰਾਂ ਨੇ ਆਪਣੀ ਜ਼ਿੰਮੇਵਾਰੀ ਨਾ ਸੋਚਦੇ ਹੋਏ ਉਹਨਾਂ ਦਾ ਸਾਧਦੇ ਆ ਉਹਨਾਂ ਦੀ ਕਾਰਵਾਈ ਹੋ ਰਹੀ ਹੈ ਉਹ ਤੋਂ ਬਾਅਦ ਆਰਮੀ ਬੁਲਾਈ ਦੇ ਦੀ ਜਦ ਦੇਖਿਆ ਵੀ ਇਹ ਲੋਕ ਬਾਂਸਲ ਜੀ ਬਿਲਕੁਲ ਆਰਮੀ ਆਈ ਪੁਲਿਸ ਹੈ ਮੈਂ ਤੁਹਾਡੇ ਧਿਆਨ ਉਸੇ ਟਾਈਮ ਕੰਟਰੋਲ ਬਾਂਸਲ ਜੀ ਬਿਲਕੁਲ ਬਾਂਸਲ ਜੀ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜੋ ਮਨੁੱਖਤਾ ਦਾ ਨੰਗਾ ਨਾਚ ਹਰਿਆਣਾ ਦੇ ਅੰਦਰ ਨੱਚਿਆ ਗਿਆ ਖਾਸ ਤੌਰ 'ਤੇ ਅੱਜ ਮੀਡੀਆ ਦੇ ਅੰਦਰ ਜਿਹੜਾ ਪ੍ਰਿੰਟ ਮੀਡੀਆ ਹੈ ਇਸ ਖੇਤਰ ਦਾ ਕਿ ਜਿਹੜਾ ਲੀਡਿੰਗ ਅਖਬਾਰ ਹੈ ਉਹਦੀ ਇਹ ਲੀਡ ਨਿਊਜ਼ ਹੈਗੀ ਹੈ ਕਿ ਮਨੁੱਖਤਾ ਸ਼ਰਮਸਾਰ ਹੋ ਗਈ ਹੈ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਹੈਗਾ ਘੱਟੋ ਘੱਟ 10 ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਬਲਾਤਕਾਰ ਕੀਤਾ ਗਿਆ ਹੋਰ ਬਹੁਤ ਕੁਝ ਇੱਦਾਂ ਦਾ ਵਾਪਰਿਆ ਸਾਰੀ ਰਾਤ ਉਹ ਔਰਤਾਂ ਠੰਡ ਦੇ 'ਚ ਵਿਲਕਦੀਆਂ ਕੁਰਲਾਉਂਦੀਆਂ ਰਹੀਆਂ ਔਰ ਜੇ ਪੁਲਿਸ ਅਧਿਕਾਰੀ ਆਏ ਤਾਂ ਆ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ ਬਾਂਸਲ ਜੀ ਦੱਸੋ ਇੱਦਾਂ ਦੇ ਹਾਲਾਤ ਦੇ ਅੰਦਰ ਸਰਕਾਰ ਤੇ ਕਿੱਦਾਂ ਭਰੋਸਾ ਹੋਏਗਾ ਅਰੇ ਜੋ ਬਾਤ ਬਲਾਤਕਾਰ ਵਾਲੀ ਕੋਈ ਐਸੀ ਬਾਤ ਨਹੀਂ ਹੈ ਬਲਾਤਕਾਰ ਵਾਲੀ ਜੋ ਤੁਹਾਡੇ ਸੂਚਨਾ ਹੈ ਇਹ ਅਫਵਾਹ ਲੀਡਿੰਗ ਪੇਪਰ ਦੀ ਬਾਂਸਲ ਜੀ ਲੀਡਿੰਗ ਪੇਪਰ ਦੀ ਖਬਰ ਹੈ ਇਹ DGP ਦੀ ਅੱਜ ਹੀ ਸਟੇਟਮੈਂਟ ਹੈ ਸ਼ਾਮ ਦੀ ਉਹਨੇ ਸਾਰੀ ਇਨਕੁਆਇਰੀ ਵੀ ਬਿਠਾ ਦਈ ਹੈ ਉਹਦੇ ਉੱਤੇ ਉਹ ਕਰਿਆ ਜਾ ਰਿਹਾ ਲੇਕਿਨ ਜੈਸੇ ਹੀ GT ਰੋਡ ਵਾਲੀ ਤੁਸੀਂ ਬਾਤ ਕਰ ਰਹੇ ਹੋ GT ਰੋਡ 'ਤੇ ਇਹਨਾਂ ਲੋਕਾਂ ਵਿੱਚ ਜੋ ਉੱਗਰ ਲੋਕ ਤੇ ਉਹਨਾਂ ਨੇ ਆ ਕੇ ਇਹ ਸਾਰਾ ਡਰਾਮਾ ਕਰਿਆ ਬਾਂਸਲ ਜੀ ਬਿਲਕੁਲ ਸਰਕਾਰ ਦੀ ਕਿਤੇ ਜ਼ਿੰਮੇਵਾਰੀ ਜੇ ਸਾਡੀਆਂ ਧੀਆਂ ਭੈਣਾਂ ਉੱਥੇ ਮਹਿਫੂਜ਼ ਨਹੀਂ ਰਹਿਣਗੀਆਂ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ ਬਣਦੀ ਤਾਂ ਵੀ ਆਰਮੀ ਉਸੇ ਟਾਈਮ ਬੁਲਾਈ ਹੈ ਆਰਮੀ ਬੁਲਾ ਕੇ ਕੰਟਰੋਲ ਕਰਿਆ ਜੋ ਇਹ 2 ਦਿਨ ਉਸੇ ਟਾਈਮ ਆਰਮੀ ਆਈ ਆਰਮੀ ਨੇ ਪੁਲਿਸ ਨੂੰ ਇੱਕ ਤਰਫ ਕਰਿਆ ਔਰ ਆਪਣੇ ਆਪ ਮੋਰਚਾ ਸੰਭਾਲਿਆ ਅੱਜ ਤੁਸੀਂ ਸਰਕਾਰ ਦੀ ਨੀਤੀ ਬਣਦੀ ਹੈ ਘਟੋਟ ਕਿਹੜੇ ਬੁਲਾਈ ਹੈ ਕਿਹੜੇ ਕਿਹੜੇ ਪੁਲਿਸ ਓਕੇ ਓਕੇ ਬਰਾੜ ਜੀ ਕੁਝ ਬਰਾੜ ਜੀ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਰੈਜ਼ਿਗਨੇਸ਼ਨ ਮੰਗਣਾ ਚਾਹੀਦਾ ਬਰਾੜ ਜੀ ਐਦਾਂ ਹੈ ਕਿ ਪੁਲਿਸ ਇਹ ਕਹਿੰਦੇ ਅਸੀਂ ਪੁਲਿਸ ਫੇਲ ਹੋਈ ਸਾਡੀ ਸਰਕਾਰ ਫੇਲ ਹੋਈ ਪ੍ਰਸ਼ਾਸਨ ਫੇਲ ਹੋਇਆ ਫਿਰ ਅਸੀਂ ਆਰਮੀ ਨੂੰ ਬੁਲਾਇਆ ਆਰਮੀ ਬੁਲਾ ਲਈ ਕਰਫਿਊ ਲਾਤਾ ਉਸ ਤੋਂ ਬਾਵਜੂਦ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਨੇ
ਇਹ ਸੱਚਾਈ ਹੈ ਕਿ ਇੰਨੀਆਂ ਵੱਡੀਆਂ ਆਰਮੀ ਆਉਣ ਤੋਂ ਬਾਅਦ ਵੀ ਵਾਪਰੀਆਂ ਨੇ, ਤੁਸੀਂ ਆਰਮੀ ਦੇ ਉਸ ਤੋਂ ਬਾਅਦ ਕੰਟਰੋਲ ਕਰਿਆ ਜੋ ਹੈ ਸਾਰੇ ਭਜਾਏ, ਆਰਮੀ ਆਉਣ ਤੋਂ ਬਾਅਦ ਲੱਗੇ ਹੁਣ ਵਾਪਰੀਆਂ ਨੇ ਉਹਨਾਂ ਅਰੇਂਜਮੈਂਟ। ਅਗਰ ਸਰਕਾਰ ਫੇਲ ਹੋਈ ਹੈ ਤਾਂ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਆਪਦੇ ਫੇਲਿਅਰ ਦੀ, ਔਰ ਜ਼ਿੰਮੇਵਾਰੀ ਲੈ ਕੇ ਉਸੇ ਟਾਈਮ ਉਹਨਾਂ ਨੇ ਉਹਦਾ ਇੰਤਜ਼ਾਮ ਕਰਿਆ। ਇੰਤਜ਼ਾਮ ਇਹ ਇੰਤਜ਼ਾਮ ਨਹੀਂ ਹੁੰਦਾ, ਇਹ ਇੰਤਜ਼ਾਮ ਨਹੀਂ ਹੁੰਦਾ ਕਿ ਪੂਰੇ ਪ੍ਰਦੇਸ਼ ਨੂੰ ਅੱਗ 'ਚ ਝੋਂਕੇ ਔਰ ਤੁਸੀਂ ਆਪਦਾ ਬੈਠੇ ਰਹੋ। ਇਹ ਤੁਹਾਡੀ ਜ਼ਿੰਮੇਵਾਰੀ ਸੀ, ਤੁਹਾਡੇ ਜਿਹੜੇ ਨੁਮਾਇੰਦੇ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਜੋ ਲੋਕਾਂ ਦੇ ਨਾਲ ਜਾ ਕੇ ਖੜੇ ਹੁੰਦੇ ਹੈਗਾ ਨੇ। ਬੰਸਲ ਸਾਹਿਬ ਪਹਿਲਾਂ ਸੁਣਨ ਦੀ ਹਿੰਮਤ ਰੱਖੋ, ਜਦੋਂ ਤੁਸੀਂ ਬੋਲ ਰਹੇ ਸੀ ਐਦਾਂ ਬੰਸਲ ਸਾਹਿਬ, ਜੇ ਤੁਸੀਂ ਵਿੱਚ ਬੋਲਣਾ ਹੈਗਾ ਤਾਂ ਫਿਰ ਅਸੀਂ ਵੀ ਤੁਹਾਨੂੰ ਬੋਲਣ ਨਹੀਂ ਦਿਆਂਗੇ। ਬੇਸ਼ੁਮਾਰ ਨੁਕਸਾਨ ਹੋਇਆ ਔਰ ਸਾਡਾ ਐਸਾ ਭਾਈਚਾਰਾ ਸੀ ਜਿਹੜਾ ਬਿਲਕੁਲ ਤੋੜ ਦਿੱਤਾ ਗਿਆ। ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ, ਲਾਅ ਐਂਡ ਆਰਡਰ ਦੀ ਮਸ਼ੀਨਰੀ ਫੇਲ ਹੋਈ ਹੈ ਔਰ ਇਹ ਸਰਕਾਰ ਦੀ ਬੇਸਿਕ ਜ਼ਿੰਮੇਵਾਰੀ ਸੀ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ। ਓਕੇ ਓਕੇ ਬ੍ਰਾਦਰ ਜੀ, ਤੁਹਾਡੀ ਗੱਲ ਆ ਗਈ ਹੈ। ਵਾਲੇ ਕੌਣ ਕੌਣ ਹੈ ਪਹਿਲੇ ਉਹ ਦੇਖੋ, ਕੌਣ ਕੌਣ ਖਤਮ ਕਰਨ ਵਾਲੇ ਭਾਈਚਾਰੇ ਨੂੰ, ਭਾਈਚਾਰੇ ਨੂੰ ਅੰਦੋਲਨ ਹੁੰਦੇ ਆ, ਸਭ ਕੁਝ ਹੁੰਦੇ ਆ, ਲੇਕਿਨ ਇਹਨੇ ਗੁੰਡਾਗਰਦੀ ਹੁੰਦੀ ਆ, ਲੁੱਟ ਖਸੁੱਟ ਜਿਹੜੇ ਇਹ ਸਮਾਜਿਕ ਤੱਤਵਾਂ ਨੇ ਜਿਹੜੀ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੌਣ ਕਰੂਗਾ? ਜੋ ਅੰਦੋਲਨ ਬੰਸਲ ਸਾਹਿਬ, ਸਰਕਾਰ ਤੁਹਾਡੀ ਹੈ, ਸਰਕਾਰ ਗੁੰਡੇ ਕਿੱਥੋਂ ਪੈਦਾ ਹੋਏ ਆ? ਐਦਾਂ ਅਗਰ ਸਰਕਾਰ ਤੁਹਾਡੀ ਹੈ ਬੰਸਲ ਸਾਹਿਬ, ਮੈਨੂੰ ਬੋਲਣ ਦਾ ਟਾਈਮ ਮਿਲਿਆ, ਤੁਸੀਂ ਪਹਿਲਾਂ ਮੈਨੂੰ ਬੋਲਣ ਦੇ, ਤੁਸੀਂ ਬਾਅਦ ਚ ਬੋਲੋ। ਹੁਣ ਮੈਂ ਬੋਲਣਾ, ਮੈਂ ਪਹਿਲਾਂ ਬੋਲੂ। ਓਕੇ ਓਕੇ ਬ੍ਰਾਦਰ ਜੀ, ਬ੍ਰਾਦਰ ਜੀ ਬੰਸਲ ਜੀ, ਉਹਨਾਂ ਨੇ ਕਿਹਾ ਬ੍ਰਾਦਰ ਜੀ, ਬ੍ਰਾਦਰ ਜੀ ਬਾਅਦ ਮੈਂ ਬੋਲ, ਬ੍ਰਾਦਰ ਜੀ ਥੈਂਕ ਯੂ ਵੈਰੀ ਮਚ, ਮੈਂ ਤੁਹਾਡੇ ਵੱਲ ਆਉਣਾ ਵਾਪਸ। ਜੋ ਤੁਸੀਂ ਇਹ ਦੱਸੋ ਜਿਹੜੇ ਸਮਾਜਿਕ ਕਰਦਾ ਸਮਾਜਿਕ ਤੱਤਵ ਜਿਹੜੇ ਆਏ ਆ, ਉਹਨਾਂ ਖਿਲਾਫ ਕਾਰਵਾਈ ਕੌਣ ਕਰੂਗਾ? ਅਸੀਂ ਕਰ ਰਹੇ ਹਾਂ। ਓਕੇ ਬੰਸਲ ਜੀ, ਬ੍ਰਾਦਰ ਜੀ ਤੁਹਾਡੇ ਦੋਨਾਂ ਦਾ ਵਿਊ ਪੁਆਇੰਟ ਆ ਗਿਆ। ਪ੍ਰੋਫੈਸਰ ਮਨਜੀਤ ਸਿੰਘ, ਮੈਂ ਬ੍ਰੇਕ ਤੋਂ ਪਹਿਲਾਂ, ਓਕੇ ਬੰਸਲ ਜੀ, ਪ੍ਰੋਫੈਸਰ ਮਨਜੀਤ ਸਿੰਘ ਬ੍ਰੇਕ ਤੋਂ ਪਹਿਲਾਂ ਮੈਂ ਇਸ ਮੁੱਦੇ ਤੇ ਬ੍ਰੀਫ ਤੇ ਜਾਣਨਾ ਚਾਹੁੰਦਾ ਤੁਹਾਡੇ ਤੋਂ। ਇਹ ਕਹਿੰਦੇ ਆ ਕਿ ਉੱਥੇ ਗੁੰਡਾਗਰਦੀ ਵਾਲੇ ਲੋਕ ਲੂਟਰ ਜਿਹੜੇ ਸੀ ਉਹ ਭਾਰੀ ਹੋ ਗਏ। ਪ੍ਰੋਫੈਸਰ ਮਨਜੀਤ ਸਿੰਘ, ਮੈਂ ਪਾਰਟਿਕੂਲਰ ਉਸ ਕੁਐਸਚਨ ਦੇ ਉੱਤੇ ਗੱਲ ਕਰਨੀ ਚਾਹੁੰਦਾ ਹਾਂ ਜਿਹੜੀ ਅੱਜ ਇਸ ਰੀਜਨ ਦੇ ਲੀਡਿੰਗ ਪੇਪਰ ਦੇ ਵਿੱਚ ਗੱਲ ਆਈ ਆ ਕਿ 10 ਔਰਤਾਂ ਦੇ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ, ਜਿਹਨੇ ਦੇਸ਼ ਦੀਆਂ ਵੰਡ ਦੀਆਂ ਘਟਨਾਵਾਂ ਨੂੰ ਚੇਤੇ ਕਰਾ ਦਿੱਤਾ, ਔਰ ਬੰਸਲ ਜੀ ਕਹਿੰਦੇ ਕਿ ਇਹ ਗਲਤ ਅਫਵਾਹ। ਉਹ ਤੇ ਅਜੇ ਸਿਰਫ ਇੱਕ ਘਟਨਾ ਆਈ ਹੈ, ਇਹੋ ਜਿਹੀਆਂ ਘਰ ਘਰ ਘਟਨਾ ਹੋਈਆਂ ਉਹਨਾਂ ਨੇ ਕੀਤਾ ਆ। ਰੋਹਤਕ ਦੇ ਵਿੱਚ ਕਿੰਨੀਆਂ ਅਖਬਾਰਾਂ ਹੋਰਨਾਂ 'ਚ ਵੀ ਇਹ ਗੱਲਾਂ ਆਈਆਂ ਲੀਡਿੰਗ ਪੇਪਰ ਦੇ ਵਿੱਚ, ਉਹਨਾਂ ਨੇ ਰੇਪ ਕੀਤੇ ਆ, ਉਹਨਾਂ ਨੇ ਮਾਰਿਆ, ਪੂਰਾ ਉੱਥੇ ਗੁੰਡਾਗਰਦੀ ਹੋਈ ਆ, ਖਿੱਚ ਖਿੱਚ ਕੇ ਜਿਵੇਂ 84 ਦੇ ਦੰਗਿਆਂ 'ਚ ਦਿੱਲੀ 'ਚ ਹੋਇਆ ਸੀ ਉਹ ਹਾਲਾਤ ਹੋਏ, ਉਹ ਜੇ ਸਾਹਮਣੇ ਨਹੀਂ ਆਏ, ਹੌਲੀ ਹੌਲੀ ਸਾਹਮਣੇ ਆ ਜਾਣਗੇ। ਮੈਂ ਇਹ ਕਹਿੰਦਾ, ਇਹ ਬਾਰ ਬਾਰ ਕਹਿ ਰਿਹਾ ਜੀ ਸਾਡੇ ਹੱਥ ਖੜੇ ਸੀਗੇ, ਹੱਥ ਖੜੇ ਕਿਉਂ ਕਰਤੇ? ਸਰਕਾਰ ਕਾਢ ਕਿਹੜੇ ਨਾਲ ਦੀ? ਓਕੇ ਪ੍ਰੋਫੈਸਰ ਮਨਜੀਤ ਸਿੰਘ, ਸਰਕਾਰ ਤੁਹਾਡੀ ਪ੍ਰਦੇਸ਼ ਸਰਕਾਰ, ਬ੍ਰਾਦਰ ਮੇਰੀ ਮਜਬੂਰੀ ਹੈ ਇੱਕ ਵਕਤ ਹੈ, ਬ੍ਰਾਦਰ ਮੈਂ ਬੰਸਲ ਜੀ ਆਉਣਾ ਤੁਹਾਡੇ ਵੱਲ, ਮੇਰੀ ਮਜਬੂਰੀ ਹੈ ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ 'ਤੇ ਆਪਾਂ ਵਾਪਸ ਆਉਂਦੇ ਹਾਂ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬੰਸਲ ਜੀ, ਜਿੱਦਾਂ ਬ੍ਰੇਕ ਤੋਂ ਪਹਿਲਾਂ ਕਰ ਤੋਂ ਪ੍ਰੋਫੈਸਰ ਮਨਜੀਤ ਸਿੰਘ ਇਹ ਗੱਲ ਕਹਿ ਰਹੇ ਸੀਗੇ, ਜੋ ਕੁਝ ਹਰਿਆਣਾ 'ਚ ਵਾਪਰਿਆ ਉਹਨੇ 1984 ਦੀਆਂ ਜਿਹੜੀਆਂ ਕਤਲੇਆਮ ਦੀਆਂ ਘਟਨਾਵਾਂ ਹੈ ਉਹਨਾਂ ਨੂੰ ਚੇਤੇ ਕਰਵਾ ਦਿੱਤਾ ਹੈ। ਕਾਂਗਰਸ ਨੇ 1984 ਦੇ ਅੰਦਰ ਦੰਗੇ ਕਰਵਾਏ, ਸਭ ਨੂੰ ਪਤਾ ਹੈ, ਕੋਈ ਛੁਪਿਆ ਨਹੀਂ। ਔਰ ਸਭ ਤੋਂ ਅੱਗੇ ਅਟਲ ਬਿਹਾਰੀ ਵਾਜਪੇਈ ਜੀ ਗਏ ਵੀ ਅਗਰ ਇਹ ਕਰੋਗੇ ਮੇਰੀ ਲਾਸ਼ 'ਤੇ ਤੁਸੀਂ ਪਹਿਲੇ ਮੇਰੇ ਕੋਲ ਕਰੋ। ਓਕੇ, ਉਹ ਦੰਗੇ ਰੁਕੇ ਤਾਂ ਸਾਰੇ ਆ ਕੇ ਬੀਜੇਪੀ ਔਰ ਅਕਾਲੀ ਜੋ ਵੀ ਸਭ ਨੇ ਇਕੱਠੇ ਹੋ ਕੇ ਫਿਰ ਉਹਨਾਂ ਦਾ ਵਿਰੋਧ ਕਰਿਆ ਜੀ। ਔਰ ਅੱਜ ਦਾ ਜੋ ਇਹਨਾਂ ਨੂੰ ਗੁੰਡਾਗਰਦੀ ਜੋ ਵਿੱਚ ਆਈ, ਅੱਜ ਕਾਂਗਰਸ ਨੂੰ ਚਾਹੀਏ ਜੋ ਗੁੰਡੇ ਵਿੱਚ ਆਏ ਅਪੀਲ ਕਰਦੇ ਵੀ ਇਹ ਬੰਦ ਕਰੋ ਔਰ ਲੋਕਾਂ ਨੂੰ ਨੁਕਸਾਨ ਹੋ ਰਿਹਾ, ਕਿਸੇ ਨੇ ਅਪੀਲ ਕਰੀਏ, ਕਿਸੇ ਨੈਲੋ ਨੇ ਅਪੀਲ ਕਰੀ ਬੰਦ ਕਰੋ ਇਸ ਨੂੰ ਵੀ, ਅਗਰ ਉਹਨਾਂ ਦਾ ਕੋਈ ਕਿਸੇ ਨੂੰ ਆਰਕਸ਼ਣ ਦਿਵਾਉਣ ਦਾ ਵਿਸ਼ੇਸ਼ ਜਾਤੀ 'ਤੇ ਉਹਨਾਂ ਸੰਪਰਕ ਤਾਂ ਉਹਨਾਂ ਰੋਕ ਤਾਂ ਸਕਦੇ ਨੇ ਜੀ, ਕਿਸੇ ਨਾ ਕਰੀਏ। ਸਭ ਦੀ ਡਿਊਟੀ ਬਣ ਦਿੱਤੀ, ਇਕੱਲੀ ਬੀਜੇਪੀ ਨਹੀਂ, ਇਹ ਪੂਰੇ ਸਮਾਜ ਦੀ ਡਿਊਟੀ ਸੀ, ਕਿਸੇ ਵੀ ਪਾਰਟੀ ਦਾ ਹੋਣੀ ਚਾਹੀਦੀ, ਬਿਲਕੁਲ ਹੋਣਾ ਚਾਹੀਦਾ। ਕਿਸੇ ਨੇ ਅਪੀਲ ਕਰੀਏ, ਬਿਲਕੁਲ, ਲੇਕਿਨ ਉਸ ਨੂੰ ਉਕਸਾਇਆ ਉਲਟਾ। ਓਕੇ, ਔਰ ਉਸੇ ਸੀ ਐਮ ਨੇ
ਜਿੰਨੀ ਵੀ ਉਸ ਤੋਂ ਕੋਸ਼ਿਸ਼ ਹੋ ਸਕਦੀ ਉਹਨੂੰ ਰੋਕਣ ਦੀ, ਉਸ ਤੋਂ ਬਾਅਦ ਆਰਮੀ। ਓਕੇ ਓਕੇ ਬਾਂਸਲ ਜੀ, ਬਰਾੜ ਸਾਹਿਬ ਇੱਦਾਂ ਹੈ ਕਿ ਇਹਨਾਂ ਨੇ ਜਿਹੜਾ ਕਿਹਾ ਕਿ ਇਨੈਲੋ ਦੀ ਡਿਊਟੀ ਬਣਦੀ ਸੀ, ਸਭ ਤੋਂ ਪਹਿਲਾਂ ਇਹਨਾਂ ਦੀ ਆਲ ਪਾਰਟੀ ਮੀਟਿੰਗ ਤੋਂ ਵੀ ਇੱਕ ਦਿਨ ਪਹਿਲਾਂ ਸਾਡੇ ਪਾਰਟੀ ਦੇ ਨੇਤਾ ਔਰ ਲੀਡਰ ਆਫ ਦੀ ਓਪੋਜੀਸ਼ਨ ਉਹਨਾਂ ਨੇ ਅਪੀਲ ਜਾਰੀ ਕੀਤੀ ਕਿ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਸ਼ਾਂਤੀ ਬਣਾ ਕੇ ਰੱਖਣ, ਭਾਈਚਾਰਾ ਬਣਾ ਕੇ ਰੱਖਣ ਔਰ ਆਪਦੇ ਸੰਯਮ 'ਚ ਰਹਿਣ ਔਰ ਆਪਦਾ ਭਾਈਚਾਰਾ ਖਰਾਬ ਨਾ ਕਰਨ। ਅਸ਼ੋਕ ਅਰੋੜਾ ਜੀ ਨੇ ਅਪੀਲ ਕੀਤੀ, ਜਿਸ ਦਿਨ ਇਹਨਾਂ ਨੇ ਆਲ ਪਾਰਟੀ ਮੀਟਿੰਗ ਬੁਲਾਈ ਉਸ ਦਿਨ ਫਿਰ ਅਸੀਂ ਅਪੀਲ ਸਾਰਿਆਂ ਨੂੰ ਕੀਤੀ, ਉਸ ਤੋਂ ਬਾਅਦ ਲਗਾਤਾਰ ਅਸੀਂ ਕਰਦੇ ਰਹੇ ਹਾਂ। ਇਹਨਾਂ ਦੇ ਜਿਹੜੇ ਨੇਤਾ ਸੀ, ਇਹਨਾਂ ਦੇ ਜਿਹੜੇ MP ਸੀ, ਇਹਨਾਂ ਦੇ MLA ਸੀ, ਕਿਤੇ ਦਿਖਾਈ ਨਹੀਂ ਦਿੱਤੇ। ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ, ਅਸੀਂ ਤਾਂ ਅਪੀਲ ਕਰ ਸਕਦੇ ਸੀ। ਉਸ ਤੋਂ ਬਾਅਦ ਜਦੋਂ ਸਾਰਾ ਕੁਝ ਫੇਲ ਹੋ ਗਿਆ, ਫਿਰ ਅਸੀਂ ਜਾ ਕੇ ਗਵਰਨਰ ਨੂੰ ਕਿਹਾ ਕਿ ਗਵਰਨਰ ਨੂੰ ਚਾਹੀਦਾ ਹੈ ਕਿ ਸਰਕਾਰ ਨੂੰ ਜਦੋਂ ਮਿਲਟਰੀ ਬੁਲਾ ਲਈ, ਮਿਲਟਰੀ ਵੀ ਕਾਮਯਾਬ ਨਹੀਂ ਹੋ ਰਹੀ ਔਰ ਅਗਰ ਕਰਫਿਊ ਲਾ ਲਿਆ ਉਹ ਵੀ ਕਾਮਯਾਬ ਨਹੀਂ ਹੋ ਰਿਹਾ, ਲੋਕਾਂ ਦਾ ਕਤਲੇਆਮ ਹੋ ਰਿਹਾ, ਲੋਕਾਂ ਦੇ ਘਰ ਦੁਕਾਨਾਂ ਸਭ ਕੁਝ ਸਾੜੇ ਜਾ ਰਿਹਾ, ਉਹ ਸਾਰੇ ਦੇ ਲਈ ਇਹ ਨਹੀਂ ਰੋਕ ਪਾ ਰਹੇ, ਤਾਂ ਇਹ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਅਸੀਂ ਉਸ ਤੋਂ ਬਾਅਦ ਇਹ ਵੀ ਕਿਹਾ, ਅਸੀਂ ਅੱਜ ਵੀ ਅਪੀਲ ਕਰਕੇ ਆਏ ਹਾਂ ਕਿ ਆਪਸੀ ਭਾਈਚਾਰਾ ਬਣਾਉਣ ਦੀ ਸਾਰਿਆਂ ਦੀ ਜ਼ਿੰਮੇਵਾਰੀ ਸਾਂਝੀ ਹੈ, ਸਾਨੂੰ ਮਿਲ ਕੇ ਆਪਸੀ ਭਾਈਚਾਰਾ ਔਰ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਲਾਈਨ ਖਤਮ ਕਰਨ ਲੱਗਿਆ, ਔਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦਾ ਵੀ ਸਰਕਾਰ ਤੁਰੰਤ ਮੁਆਵਜ਼ਾ ਦੇਵੇ ਔਰ ਉਹਨਾਂ ਦੀ ਭਰਪਾਈ ਕਰੇ, ਔਰ ਜਿਨ੍ਹਾਂ ਦੇ ਕੋਈ ਜਾਨੀ ਮਾਲੀ ਵੀ ਹੋਇਆ ਉਹਨਾਂ ਨੂੰ ਭਰਪਾਈ ਕੀਤੀ ਜਾਵੇ। ਮਿਲ ਕੇ ਜ਼ਖਮਾਂ ਤੇ ਮਰਹਮ ਲਾਈਏ। ਬਿਲਕੁਲ, ਤੁਹਾਡੇ ਵਿਊ ਪੁਆਇੰਟ ਆ ਗਿਆ। ਪ੍ਰਸਮ ਹੈ ਉਹਨਾਂ ਤੁਹਾਡੇ ਵੱਲ ਬਾਂਸਲ ਜੀ, ਬਿਲਕੁਲ ਸੰਖੇਪ ਦੇ ਵਿੱਚ ਬਿਲਕੁਲ, ਜੋ ਇਹਨਾਂ ਨੇ ਕਿਹਾ ਕਿ ਸਰਕਾਰ ਤੋਂ ਬਗੈਰ ਹੋਰ ਕੋਈ ਰਸਤਾ। ਸਰਕਾਰ ਨੇ ਪੂਰਾ, ਕੱਲ ਮੁੱਖ ਮੰਤਰੀ ਜੀ ਨੇ ਕਿਹਾ ਵੀ ਸਭ ਲੋਕਾਂ ਨੂੰ ਜਿਹਨਾਂ ਨੁਕਸਾਨ ਹੋਇਆ ਉਹਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਊਂਗੇ ਔਰ ਨੌਕਰੀ, ਸਰਕਾਰੀ ਨੌਕਰੀ ਵੀ ਮਿਲੇਗੀ। ਉਸ ਤੋਂ ਬਾਵਜੂਦ ਵੀ ਜੋ ਲੋਕਾਂ ਨੇ ਉਪਦਰਵੀ ਤੇ ਜਾਂ ਆਫਿਸਰਾਂ ਨੇ ਕਰੇ ਉਹਨਾਂ ਦੇ ਅਗੇਂਸਟ FIR ਲੌਜੋ, ਉਹ ਅੱਜ ਤੋਂ ਸ਼ੁਰੂ ਕਰਦੀ ਹੈ। 538 ਆਦਮੀਆਂ ਦੀ ਲਿਸਟ ਬਣ ਗਈ ਔਰ FIR ਲੌਜ ਹੋ ਰਹੀ ਹੈ। ਓਕੇ, ਤੁਹਾਨੂੰ ਲੱਗਦਾ ਕਿ ਕਾਰਵਾਈ ਤੇ ਸਾਰੀ ਤੇ ਕਾਰਵਾਈ ਹੋ ਰਹੀ ਹੈ? ਕਾਰਵਾਈ ਹੋ ਰਹੀ ਹੈ। ਓਕੇ ਓਕੇ, ਉਹ ਭਾਈਚਾਰੇ ਨੂੰ ਕਾਇਮ ਕਰਨ ਵਾਸਤੇ ਲੋਕਾਂ ਤੇ ਇਹੀ ਅਪੀਲ ਹੈ ਜੀ ਵੀ ਇਸ ਘਟਨਾ ਨੂੰ ਭੁਲਾਉਣ ਵਾਸਤੇ ਆਪਸ ਵਿੱਚ ਇਹਨਾਂ ਚੀਜ਼ਾਂ ਨੂੰ ਇਕੱਠੇ ਹੋਏ ਔਰ ਲੋਕਾਂ ਦਾ ਇੱਕ ਦੂਜੇ ਪਰਿਵਾਰ ਦਾ ਸਾਥ। ਠੀਕ ਬਾਂਸਲ ਜੀ, ਪ੍ਰਸਮ ਮਨਜੀਤ ਸਿੰਘ ਕਹਿੰਦੇ 'ਚ ਇਹ ਵੀ ਮੁੱਦਾ ਉੱਠਦਾ, ਖਾਸ ਉੱਤੇ ਅਪੋਜੀਸ਼ਨ ਜਾਂ ਮੀਡੀਆ ਦੇ ਅੰਦਰ ਇਹ ਗੱਲ ਆ ਰਹੀ ਹੈ ਕਿ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਆ ਉਹ ਹਮੇਸ਼ਾ ਜਿਹੜਾ ਹੈਗਾ ਹਰਿਆਣਾ ਦੇ ਨਾਲ ਇੱਕ ਖਾਸ ਵੱਲੀ ਨਜ਼ਰ ਦੇ ਨਾਲ ਦੇਖਦੇ ਆ। ਇਸ ਵੇਲੇ ਜਿਹੜੀਆਂ ਹਰਿਆਣਾ 'ਚ ਇੱਦਾਂ ਦੀਆਂ ਸ਼ਰਮਸਾਰ ਘਟਨਾਵਾਂ ਵਾਪਰੀਆਂ, ਪ੍ਰਧਾਨ ਮੰਤਰੀ ਨੇ ਸਿੱਧੇ ਤੌਰ 'ਤੇ ਇਹਨਾਂ ਘਟਨਾਵਾਂ ਦੇ ਉੱਤੇ ਕੋਈ ਬਿਆਨ ਕਿਉਂ ਨਹੀਂ ਦਿੱਤਾ? ਇਹ ਤਾਂ ਮੈਨੂੰ ਲੱਗਦਾ ਕਿ ਉਹ ਹਮੇਸ਼ਾ ਚੁੱਪ ਰਹਿੰਦੇ ਆ। ਅਸਲੀਅਤ 'ਚ ਇਹ ਲੱਗ ਰਹੀ ਆ, ਇਹ ਬੰਸਲ ਜੀ ਨੂੰ ਭਾਵੇਂ ਗੁੱਸਾ ਲੱਗੇ ਕਿ ਇਹ ਜਿਹੜੀ ਸਰਕਾਰਾਂ BJP ਦੀਆਂ ਸਰਕਾਰਾਂ ਉਹ ਕਾਨਸਟੀਟਿਊਸ਼ਨ ਦੇ ਨਾਲ ਘੱਟ ਅਤੇ RSS ਦੇ ਜਿਹੜਾ ਸੋਚ ਆ ਉਹਦੇ ਨਾਲ ਜ਼ਿਆਦਾ ਚੱਲ ਰਹੀਆਂ, ਉਹਦੇ ਵਿੱਚੋਂ ਹੀ ਇਹ ਸਾਰਾ ਕੁਝ ਨਿਕਲਦਾ। ਨਹੀਂ ਤਾਂ ਕੀ ਆ ਕਿ ਅੱਜ ਸਾਰਾ JNU ਦਾ ਜਿਹੜੀ ਜਿੰਨੀ ਡਿਬੇਟ JNU ਦੇ ਅਤੇ ਉਹ ਵਿਮੁੱਲਾ ਦੇ ਉੱਤੇ ਅੱਜ ਪਾਰਲੀਮੈਂਟ ਦੇ ਅੰਦਰ ਸਾਰੀ ਰਾਜ ਸਭਾ ਲੋਕ ਸਭਾ 'ਚ ਹੁੰਦੀ ਰਹੀ ਹੈ, ਉਹਦਾ ਮਤਲਬ ਹੀ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਬਿਲਕੁਲ ਚੁੱਪ ਰਹਿੰਦੇ ਆ। ਇੱਥੇ ਵੀ ਦੂਸਰੀ ਗੱਲ ਮੈਂ ਇਹ ਕਹੂੰਗਾ, ਇਹ ਕਿ ਤੁਸੀਂ ਕਹਿੰਦੇ ਵੀ ਕਿਹਨੇ ਅਪੋਜ ਕੀਤਾ, ਸ਼ਾਂਤੀ ਦੀ ਅਪੀਲ ਕੀਤੀ? ਹੁੱਡੇ ਨੇ ਵੀ ਜਾ ਕੇ ਉੱਥੇ ਇੱਕ ਦਿਨ ਦਾ ਵਰਤ ਰੱਖਿਆ, ਜਾ ਕੇ ਦਿੱਲੀ ਦੇ ਵਿੱਚ ਕਿ ਮੈਂ ਸ਼ਾਂਤੀ ਚਾਹੁੰਦਾ। ILLD ਨੇ ਵੀ ਆਪਣਾ ਕਿਹਾ ਕਿ ਸ਼ਾਂਤੀ ਦੀ ਅਪੀਲ, ਉੱਪਰ ਤੇ ਸ਼ਾਂਤੀ ਦੀ ਅਪੀਲ ਕਰ ਦੇਣਗੇ, ਥੱਲੇ ਸ਼ਾਮ ਨੂੰ ਜਾ ਕੇ ਕਹਿ ਦੇਣਗੇ ਕੰਮ ਚੁੱਕ ਦਿਓ। ਇਹ ਜਿਹੜੀ ਇਹਨਾਂ ਦੀ ਇੰਨੀ ਕੂਟਨੀਤੀ ਮਾੜੀ ਨੀਤੀ ਹੈ, ਸਾਰਾ ਬਰਾੜ ਜੀ ਇੱਦਾਂ ਹੈ ਕਿ ਜਿਹੜਾ ਇੱਕ ਤਾਂ ਇਹਨਾਂ ਨੇ ਕਿਹਾ ਪ੍ਰੋਫੈਸਰ ਵਰਿੰਦਰ ਵਾਲਾ, ਅਤੇ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਉਹਦੇ ਖਿਲਾਫ਼ ਕਾਰਵਾਈ ਕਰੋ ਜਿਹਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਹੁੱਡਾ ਚਾਹੇ ਵਰਿੰਦਰ ਹੈ। ਦੂਸਰੀ ਗੱਲ ਜਿਹੜੀ ਸੀ ਕਿ ਇੱਕ ਹੁਣੇ ਪ੍ਰੋਫੈਸਰ ਸਾਹਿਬ ਨੇ ਕਿਹਾ ਨਰਿੰਦਰ ਮੋਦੀ ਦਾ,
ਇਹ ਗੱਲ ਚੰਗੀ ਇਹਨਾਂ ਨੇ ਯਾਦ ਦਵਾਈ ਕਿ ਜਦੋਂ ਪਿਛਲਾ ਵਿਧਾਨ ਸਭਾ ਦਾ ਇਲੈਕਸ਼ਨ ਸੀ, ਹਰਿਆਣੇ 'ਚ ਇਲੈਕਸ਼ਨ ਜਿਹੜਾ ਸੀ ਉਹ ਮਨੋਹਰ ਲਾਲ ਖੱਟਰ ਦੇ ਜਾਂ ਕਿਸੇ ਦੇ ਨਾਮ 'ਤੇ ਨਹੀਂ ਲੜਿਆ ਗਿਆ ਸੀ, ਵੋਟ ਜਿਹੜੇ ਲਏ ਸੀ ਨਰਿੰਦਰ ਮੋਦੀ ਨੇ ਆਪਦੇ ਨਾਂ 'ਤੇ ਲਏ ਸੀ, ਔਰ ਇਹ ਕਹਿ ਕੇ ਲਏ ਸੀ ਕਿ ਹਰਿਆਣਾ ਮੇਰਾ ਦੂਜਾ ਘਰ ਹੈ, ਔਰ ਅੱਜ ਦੂਜਾ ਘਰ ਸੜਦਾ ਰਿਹਾ, 10 ਦਿਨ ਤੱਕ ਅੱਗਾਂ ਲੱਗਦੀਆਂ ਰਹੀਆਂ। ਪ੍ਰਧਾਨ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਬੁਲਾ ਕੇ ਲੋਕਾਂ ਨਾਲ ਗੱਲ ਕਰਦਾ, ਜੋ ਵਾਅਦਾ ਕੀਤਾ ਸੀ ਨਿਭਾਵਾਂਗੇ, ਔਰ ਤੁਸੀਂ ਅਮਨ ਸ਼ਾਂਤੀ ਰੱਖੋ, ਇੱਕ ਸ਼ਬਦ ਵੀ ਨਾ ਕਹਿਣਾ ਪ੍ਰਧਾਨ ਮੰਤਰੀ ਦਾ, ਜਿਹੜਾ ਉਹਦਾ ਆਪਦਾ ਦੂਸਰਾ ਘਰ ਹੋਵੇ। ਇਹ ਸਾਰਿਆਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ, ਔਰ ਇਹ ਲੀਡਰ ਆਫ ਦੀ ਅਪੋਜੀਸ਼ਨ ਨੇ ਵੀ ਇਹ ਮੁੱਦਾ ਉਠਾਇਆ ਸੀਗਾ। ਇਹ ਸਾਰਿਆਂ ਦੇ ਸਾਰਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ, ਇਹ ਸ਼ਾਮ ਲਾਲ ਜੀ ਸਾਰਿਆਂ ਨੂੰ ਰਲ ਮਿਲ ਕੇ ਹੁੰਦਾ ਹੈ। ਤੁਹਾਡੇ ਵਿਊ ਪੁਆਇੰਟ ਆ ਗਿਆ, ਸਰਕਾਰ ਦੀ ਫੇਲੀਅਰ ਜਿਹੜੀ ਹੈ ਉਹ ਸਾਬਤ ਹੋ ਗਈ ਹੈ, ਔਰ ਇਹ ਸਰਕਾਰ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ। ਮੋਦੀ ਜੀ ਨੇ ਕੱਲ੍ਹ ਸਾਰਿਆਂ ਨੂੰ ਬੁਲਾਇਆ, ਬੁਲਾ ਕੇ ਸਾਰੀ ਚੀਜ਼ 'ਤੇ ਬਾਤਚੀਤ ਕਰੀ, ਸਭ ਉਹਦੇ ਵਿੱਚ ਬੁਲਾਇਆ, ਉਹਨਾਂ ਦੇ ਸਾਰੇ ਮੁੱਦੇ ਉੱਤੇ ਵੈਂਕਟਈਆ ਜੀ ਦੀ ਕਮੇਟੀ ਬਣਾ ਕੇ ਉਹਨਾਂ ਨੇ ਅਪੀਲ ਜਾਰੀ ਕੀਤੀ ਉਹਨਾਂ ਦੀ। ਤੁਸੀਂ ਦੂਜਿਆਂ ਨੂੰ ਕਹਿੰਦੇ ਅਪੀਲ, ਜਦੋਂ ਮਨਮੋਹਨ ਸਿੰਘ ਜੀ ਕਹਿੰਦੇ ਸੀ ਉਹ ਮੂੰਹ 'ਚ ਘੁੰਗੜੀਆਂ ਪਾਈਆਂ ਬੋਲਦਾ ਨਹੀਂ ਹੈ, ਹੁਣ ਇਹੋ ਹੀ ਹਾਲਤ ਮੋਦੀ ਦਾ, ਪਹਿਲਾਂ ਤੇ ਬੜੀਆਂ ਬਾਹਾਂ ਖਿਲਾਰ ਖਿਲਾਰ ਕੇ ਗੱਲਾਂ ਕਰਦਾ ਸੀਗਾ, ਹੁਣ ਜਦੋਂ ਇੱਕ ਵਾਰੀ ਵੀ ਅਪੀਲ ਕੀਤੀ, ਹਰਿਆਣੇ 'ਚ ਬੰਦੇ ਮਰ ਰਹੇ ਸੀ, ਅੱਗਾਂ ਲੱਗ ਰਹੀਆਂ ਸੀ, ਜਿਹੜਾ ਦੂਜਾ ਘਰ ਸੀ ਹਰਿਆਣਾ ਉਹਨਾਂ ਦਾ, ਪ੍ਰਧਾਨ ਮੰਤਰੀ ਕਹਿੰਦਾ ਮੇਰਾ ਦੂਜਾ ਘਰ ਹੈ, ਇੱਕ ਵਾਰੀ ਵੀ ਪ੍ਰਧਾਨ ਮੰਤਰੀ ਨੇ ਉਸ ਦੇ ਸ਼ਬਦ ਤੱਕ ਨਹੀਂ ਕੀਤਾ। ਪ੍ਰਧਾਨ ਮੰਤਰੀ ਦਿੰਦਾ ਉਸੇ ਟਾਈਮ ਕਰਕੇ ਵੀ ਆਰਮੀ ਦਾ ਕੋਈ ਐਮਐਲਏ ਸਭ ਕੁਝ ਕਰਿਓ, ਤੁਹਾਡਾ ਕੋਈ ਐਮਐਲਏ ਉਹਦਾ ਜਿਹੜੀ ਭੇਜੀ, ਕੋਈ ਮੰਤਰੀ ਉਹਦਾ ਕੰਟਰੋਲ ਕਰ ਨਹੀਂ ਗਿਆ, ਲੋਕਾਂ 'ਚ ਨਹੀਂ ਗਿਆ, ਪਾਰਟੀ ਵਾਲੇ 'ਚ ਨਹੀਂ ਗਿਆ, ਤੁਹਾਡੀ ਪਾਰਟੀ ਵਾਲੇ ਤਾਂ ਅੱਗੇ ਲੱਗ ਕੇ ਗਿਆ ਬਾਰੇ ਬਰਾੜ ਜੀ ਬੰਦ ਕਰੋ ਸਰ ਮਨਜੀਤ ਸਿੰਘ, ਤੁਹਾਡਾ ਪ੍ਰਧਾਨ ਮੰਤਰੀ ਉੱਥੇ ਤੇ ਜਦੀ ਫੋਰਸ ਭੇਜ ਰਿਹਾ। ਓਕੇ ਓਕੇ, ਥੈਂਕ ਯੂ ਵੈਰੀ ਮਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਹਰਿਆਣਾ 'ਚ ਜਾਟ ਰਾਖਵੇਂ ਕਰਨ ਦੇ ਮੁੱਦੇ 'ਤੇ ਜਿਹੜਾ ਅੰਦੋਲਨ ਅਤੇ ਉਸ ਦੇ ਨਾਲ ਜੋ ਸ਼ਰਮਨਾਕ ਘਟਨਾਵਾਂ ਵਾਪਰੀਆਂ, ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਅਸੀਂ ਜਾਤ ਪਾਤ ਅਤੇ ਫਿਰਕੂ ਰੰਗਤ ਤੋਂ ਬਾਹਰ ਨਹੀਂ ਆਏ। ਸਾਡਾ ਹੀ ਮੁਲਕ ਹੈ, ਕਦੇ ਅਸੀਂ ਗੱਲ ਕਰਦੇ 1984 ਦੇ ਕਤਲੇਆਮ ਦੀ, ਕਦੇ ਬਾਬਰੀ ਮਸਜਿਦ ਦੀ, ਕਦੇ ਗੁਜਰਾਤ ਦੇ ਦੰਗਿਆਂ ਦੀ, ਕਦੇ ਯੂਪੀ ਦੇ ਦੰਗਿਆਂ ਦੀ। ਜੇ ਆਪਾਂ ਹਰਿਆਣਾ ਦੇ ਕਿਸਾਨਾਂ ਦੀ ਤ੍ਰਾਸਦੀ ਦੀ ਗੱਲ ਕਰਦੇ ਹਾਂ, ਜਿਹੜੇ ਜਾਟ ਅੰਦੋਲਨ ਦੇ ਰੂਪ 'ਚ ਆਏ ਹੈ, ਉਹ ਇਸ ਪੂਰੇ ਉੱਤਰੀ ਭਾਰਤ ਦੇ ਖਿੱਤੇ ਦੇ ਵਿੱਚ ਪੂਰੇ ਕਿਸਾਨਾਂ ਦੀ ਤ੍ਰਾਸਦੀ ਹੈ, ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਪਰ ਸਵਾਲ ਨਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਸ ਜਾਟ ਅੰਦੋਲਨ ਦੇ ਨਾਂ 'ਤੇ ਹਰਿਆਣਾ 'ਚ ਜਿਹੜੀਆਂ ਸ਼ਰਮਨਾਕ ਘਟਨਾਵਾਂ ਵਾਪਰੀਆਂ, ਉਸ ਦੇ ਲਈ ਕੌਣ ਜ਼ਿੰਮੇਵਾਰ ਹੈ? ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਬਾਂਸਲ ਜੀ, ਬਰਾੜ ਜੀ ਔਰ ਪ੍ਰੋਫੈਸਰ ਮਨਜੀਤ ਸਿੰਘ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹੈ। ਔਰ ਇਸ ਦੁਖਾਮੀ ਬਹਿਸ ਦੇ ਬਾਰੇ 'ਚ ਕੋਈ ਵੀ ਸਾਡੇ ਦਰਸ਼ਕਾਂ ਨੇ ਰਾਏ ਦੇਣੀ ਹੋਵੇ, ਸੁਝਾਅ ਦੇਣਾ ਹੋਵੇ ਇਹਨਾਂ ਮੁੱਦਿਆਂ ਦੇ ਉੱਤੇ, ਤਾਂ ਸਾਡਾ ਪਤਾ ਹੈ ਜਗਤਾਰ ਸਿੱਧੂ @ global.punjabtv.com